ਜਿਹੜਾ ਹੈਗਾ ਸਮਾਜਿਕ ਗੀਤਾਂ 'ਤੇ ਡਾਂਸ ਕਰਵਾਇਆ ਗਿਆ, ਇਹ ਕੀ ਸਾਰਾ ਮੈਟਰ ਸੀ ਸਰ? ਇਹ ਕੀ ਉਪਰਾਲਾ ਸੀ? ਕੀ ਉਪਰਾਲਾ ਸੀ ਤੁਹਾਡੇ ਨੂੰ? ਅਸਲ ਦੇ ਵਿੱਚ ਇਹ ਜਿਹੜੀ ਡਿਊਟੀ ਹੈ ਨਾ, ਬੜੀ ਲੈਂਥੀ ਡਿਊਟੀ ਹੈ। ਪਿਛਲੇ 8 ਦਿਨ ਤੋਂ ਅਸੀਂ ਸਾਰੀ ਫੋਰਸ, ਸਾਰੇ SSP ਸਾਹਿਬ ਵੀ ਲੱਗੇ ਹੋਏ ਨੇ, ਜਗਦੀਸ਼ ਸਾਹਿਬ ਵੀ ਨੇ, ਸਾਰੇ ਅਫਸਰ, ਕੌਂਸਟੇਬਲ, ਹੋਮਗਾਰਡ ਤੋਂ ਲੈ ਕੇ ਸਾਰੇ। ਔਰ ਬੜੀ ਇਹ ਸਟ੍ਰੈਸ ਵਾਲੀ ਡਿਊਟੀ ਹੈ, ਕਿਉਂਕਿ ਡਿਊਟੀ ਦੀ ਸ਼ਿਫਟ ਬੜੀ ਲੰਬੀ ਹੈ ਸਾਡੀ, 12-12 ਘੰਟੇ ਦੀ ਸ਼ਿਫਟ ਹੈ। ਔਰ ਪੱਤਰਕਾਰ ਜਿਹੜੇ ਵੀਰ ਨੇ ਮੇਰੇ, ਉਹ ਵੀ ਸਾਰੇ ਤਕਰੀਬਨ ਸਾਡੇ ਨਾਲ ਹੀ ਹੁੰਦੇ ਆ। ਤਾਂ ਸਾਰੇ ਸਾਡਾ ਇਹ ਉਪਰਾਲਾ ਸੀ ਵੀ ਇਹਦੇ ਸਟ੍ਰੈਸ 'ਚੋਂ ਥੋੜ੍ਹਾ ਜਿਹਾ ਇੰਜੋਏ ਵੀ ਲੱਭੀਏ ਡਿਊਟੀ ਦੇ ਨਾਲ ਨਾਲ। ਅਸੀਂ ਇਹਦੇ ਤਾਂ ਇੱਕ ਥੋੜ੍ਹਾ 5 ਮਿੰਟ 7 ਮਿੰਟ ਇਹਦੇ 'ਤੇ ਸੌਂਗ ਲਾ ਕੇ, ਜੇ ਤਾਂ ਮੈਸੇਜ ਵੀ ਜਾਂਦਾ ਸੁਸਾਇਟੀ ਦੇ ਵਿੱਚ, ਅਤੇ ਪਲੱਸ ਜਿਹੜੀ ਹੈ ਸਾਡੀ ਫੋਰਸ ਹੈ ਉਹਦੇ, ਉਹਨੂੰ ਵੀ ਐਨਰਜੀ ਮਿਲਦੀ ਹੈ। ਸਰ, ਇਹਦੇ ਸੰਬੰਧ 'ਚ ਤੁਸੀਂ ਲੋਕਾਂ ਨੂੰ ਵੀ ਕੀ ਮੈਸੇਜ ਦੇਣਾ ਚਾਹੁੰਦੇ? ਅਸੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਉਹ ਵੀ ਆਪਣੇ ਘਰਾਂ ਦੇ ਵਿੱਚ ਜੇ ਬੈਠੇ ਹੈ ਵਿਹਲੇ, ਤਾਂ ਕੋਈ ਐਲਬਮ ਦੇਖਣ, ਵਿਆਹ ਦੀ ਆਪਦੀ ਪੁਰਾਣੀ ਐਲਬਮ ਦੇਖਣ, ਇਸੇ ਤਰ੍ਹਾਂ ਜਿਹੜਾ ਉਹ ਵੀ ਕੋਈ ਮਿਊਜ਼ਿਕ ਲਾ ਕੇ ਡਾਂਸ ਕਰ ਸਕਦੇ ਆ। ਕੁਛ ਵੀ ਘਰ ਦੇ ਵਿੱਚ ਤਾਂ ਬਹੁਤ ਕੁਛ ਹੈ, ਬਾਹਰ ਦੇ ਵਿੱਚ ਤਾਂ ਫਿਰ ਆਪਣੀਆਂ ਇੰਨੀਆਂ ਸੰਦਾਂ ਜਿਹੜੇ ਅਸੀਂ ਇੰਨੇ ਬਾਉਂਡ ਹੈ, ਅਤੇ ਪਰ ਫਿਰ ਵੀ ਘਰ ਦੇ ਵਿੱਚ ਤਾਂ ਉਹ ਬਹੁਤ ਖੁਸ਼ ਹੈ ਕਰਨ ਨੂੰ, ਮੈਡੀਟੇਸ਼ਨ ਕਰ ਲੈਣ, ਯੋਗਾ ਕਰ ਲੈਣ, ਰੂਟੀਨ ਦੇ TV ਦੇਖ ਲਿਆ, ਬਹੁਤ ਖੁਸ਼ ਹੈ ਘਰ ਦੇ ਵਿੱਚ ਕਰਨ। ਸਰ, ਜਿਵੇਂ ਤੁਸੀਂ ਇਹ ਬਾਘਾ ਪੁਰਾਣਾ ਦੇ ਵਿੱਚ ਤਾਂ ਚਲੋ ਕਰਵਾਇਆ, ਤੁਸੀਂ ਹੋਰ ਬਾਕੀ ਜਿਹੜੇ ਪੁਲਿਸ ਮੁਲਾਜ਼ਮ ਜਾਂ ਹੋਰ ਸਟੇਟਸ ਦੇ ਵਿੱਚ ਹੈਗੇ ਜਾਂ ਆਸ ਪਾਸ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ, ਉਹ ਕਿਸ ਤਰ੍ਹਾਂ ਕਰ ਲਏ? ਬਾਕੀਆਂ ਦੀ ਇਹ ਡਿਪੈਂਡ ਹੈਗਾ ਹੈ ਨਾ, ਜਿਹੜੇ ਵੀ ਅਫਸਰ ਲੀਡ ਕਰ ਰਹੇ ਆ, ਇਹ ਡਿਪੈਂਡ ਕਰਦਾ ਉਹਨਾਂ 'ਤੇ ਵੀ ਉਹ ਕਿਸ ਤਰ੍ਹਾਂ ਇਹਨੂੰ ਥੋੜ੍ਹਾ, ਜਿਹੜੀ ਸਾਡੀ ਡਿਊਟੀ ਹੈ ਇਸ ਨੂੰ ਥੋੜ੍ਹਾ ਰਿਫਰੈਸ਼ ਕਰਨਾ ਵੀ ਅਸੀਂ ਮੰਨ ਲਓ 5-6 ਘੰਟੇ ਹੋ ਗਏ, 7 ਘੰਟੇ ਹੋ ਗਏ ਸਾਨੂੰ, ਉਸ ਤੋਂ ਬਾਅਦ ਅਸੀਂ 5 ਮਿੰਟ ਭਾਵੇਂ ਅਸੀਂ ਵਾਕ ਵੀ ਕਰ ਲਈਏ ਉਹ ਵੀ ਠੀਕ ਹੈ, ਉਹਦੇ ਨਾਲ ਵੀ ਠੀਕ ਹੈ, ਕੁਛ ਕਰ ਸਕਦੇ। ਫੋਰਸ ਦੀ ਥਕਾਨ ਮਿਟਾਉਣ ਦਾ ਇਹ ਤੁਹਾਡਾ ਇਨੋਵੇਟਿਵ ਤਰੀਕਾ ਸੀ? ਸਰ, ਆਪਕੋ ਕਹਾਂ ਸੇ ਆਇਆ? ਆਪਕੋ ਕਹਾਂ ਸੇ ਇਹ ਆਈਡੀਆ? ਆਦੇਸ਼ ਕੋਈ ਨਹੀਂ ਸੀ, ਇਹ ਤਾਂ ਖੜੇ ਖੜੇ ਦੇ ਮਨ 'ਚ ਆ ਗਿਆ ਵੀ ਇੰਨੇ ਵਿਹਲੇ ਬੈਠੇ ਫੋਰਸ ਨੂੰ ਇਕੱਠਾ ਕੀਤਾ, ਉਹਨਾਂ ਤੋਂ ਪੁੱਛਿਆ ਵੀ ਕੀ ਗੱਲ ਹੈ, ਉਹ ਕਹਿੰਦੇ ਥੱਕ ਗਏ ਹਾਂ ਜੀ, ਕੋਈ ਕਹਿੰਦਾ ਅੱਕ ਗਏ ਹਾਂ ਜੀ, ਕੋਈ ਕਹਿੰਦਾ ਸਟ੍ਰੈਸ 'ਚ ਹੈ ਜੀ। ਤਾਂ ਉਸ ਕਰਕੇ ਫਿਰ ਮੈਂ ਕਿਹਾ ਵੀ ਚਲੋ ਜੇ ਤੁਹਾਨੂੰ ਇੰਨਾ ਲੱਗਦਾ ਤਾਂ ਆਪਾਂ ਸੌਂਗ ਲਾਈਏ ਜਿਹੜੀ, ਅਤੇ ਅਸੀਂ ਕੋਈ ਸਪੈਸ਼ਲ ਉਪਰਾਲਾ ਨਹੀਂ, ਸਿਰਫ ਉਹ ਜਿਹੜਾ ਸਾਡਾ ਹੈਗਾ ਹੈ ਪਬਲਿਕ ਐਡਰੈਸ ਸਿਸਟਮ ਹੈ ਉਹਦੇ 'ਚ ਅਸੀਂ ਲਾਤਾ ਸੌਂਗ ਬਈ ਤੋਂ ਮੋਬਾਈਲ ਤੋਂ, ਅਤੇ ਉਹ ਅਸੀਂ ਸੌਂਗ ਦੇ ਉੱਤੇ ਡਾਂਸ ਵੀ ਕੀਤਾ ਸਾਰਿਆਂ ਨੇ, ਉਸ ਤੋਂ ਬਾਅਦ ਚਾਹ ਵੀ ਪੀਤੀ ਹੈ ਇਕੱਠਿਆਂ, ਔਰ ਸਾਰੇ ਪੱਤਰਕਾਰ ਵੀ ਨਾਲ, ਉਹਨਾਂ ਨੇ ਵੀ ਡਾਂਸ ਕੀਤਾ, ਸਾਨੂੰ ਬੜਾ ਅੱਛਾ ਲੱਗਿਆ। ਖੜੇ ਔਰ ਸਾਡੇ ਨਾਲ DSP ਮਨਜੀਤ ਸਿੰਘ ਜੀ ਹੈ, ਔਰ ਅਸੀਂ ਵੀਡੀਓ ਦੇ ਵਿੱਚ ਦੇਖਿਆ ਕਿ ਬਾਘਾ ਪੁਰਾਣਾ ਦੇ ਵਿੱਚ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਵੱਲੋਂ ਜਿਹੜਾ ਭੰਗੜਾ ਪਾਇਆ ਗਿਆ, ਆਪਾਂ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਤੁਸੀਂ ਉਸ ਭੰਗੜੇ ਬਾਰੇ ਕੀ ਕਹਿਣਾ? ਦੇਖੋ, ਸਾਡੀ ਜਿਹੜੀ ਪੁਲਿਸ ਫੋਰਸ, ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ 'ਤੇ ਪਿਛਲੇ ਕਰੀਬ 22 ਤਰੀਕ ਤੋਂ ਕੋਰੋਨਾ ਵਾਇਰਸ ਦੇ ਵਰਖਿਲਾਫ ਬੜੀ ਵੱਡੇ ਪੱਧਰ 'ਤੇ ਅਸੀਂ ਯੁੱਧ ਲੜ ਰਹੇ ਹਾਂ, ਅਤੇ ਸਾਡੇ ਡਿਊਟੀਆਂ ਅਤੇ ਨਾਕੇ, ਇਹੀ ਸਾਡਾ ਘਰ ਆ ਅਤੇ ਇਹੀ ਸਾਡਾ ਪਰਿਵਾਰ ਆ, ਅਤੇ ਅਸੀਂ ਮਤਲਬ ਜਿਹੜਾ ਅੱਜ ਉਹ ਖੁਸ਼ੀ ਮਨਾਉਣ ਵਾਲੀ ਗੱਲ ਹੈ, ਅਤੇ ਅਸੀਂ ਲੋਕਾਂ ਦੇ ਵਿੱਚ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਦੇਖੋ, ਜਿੱਦਾਂ ਪੁਲਿਸ ਫੋਰਸ ਬੜੀ ਵੱਡੀ ਪੱਧਰ 'ਤੇ ਇਸ ਕੋਰੋਨਾ ਵਾਇਰਸ ਦੇ ਬਰਖਿਲਾਫ ਬੜੇ ਉੱਚੇ ਮਰਾਇਲ ਦੇ ਅਧੀਨ ਲੜ ਰਹੀ ਆ, ਅਤੇ ਲੋਕ ਅਤੇ ਅਸੀਂ ਭੰਗੜੇ ਪਾ ਰਹੇ ਹਾਂ, ਅਤੇ ਇਸ ਤਰ੍ਹਾਂ ਅਸੀਂ ਲੋਕਾਂ ਨੂੰ ਵੀ ਉਤਸ਼ਾਹਿਤ ਕਰਦੇ ਹਾਂ, ਲੋਕ ਇਹਨੂੰ ਦਿਲ ਦਿਮਾਗ ਦੇ ਵਿੱਚ ਉੱਚੇ ਮਰਾਲ ਰੱਖ ਕੇ ਇਹਦੇ ਵਿਰੁੱਧ ਲੜਾਈ ਲੜਨ। ਸਰ, ਜਿਸ ਤਰ੍ਹਾਂ ਲੋਕ ਤੁਹਾਡਾ ਸਹਿਯੋਗ ਦੇ ਰਹੇ ਤੁਹਾਡਾ, ਅਤੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਹ ਜਨਤਾ ਕਰਫਿਊ ਕਿੰਨੇ ਕੁ ਟਾਈਮ ਤੱਕ ਜਿਹੜਾ ਬੰਦ ਹੋ ਸਕਦਾ? ਦੇਖੋ, ਜਿਹੜਾ ਲੋਕਾਂ ਦੇ ਵਿੱਚ ਬੜੇ ਪੜ੍ਹਿਆ ਲਿਖਿਆ ਤਬਕਾ, ਲੋਕਾਂ ਦੇ ਵਿੱਚ ਹੁਣ ਬੜੀ ਮਤਲਬ ਇਸ ਬਿਮਾਰੀ ਦੀ ਆਉਣ ਵਾਲੀ ਆਫਤ ਦੇ ਮੱਦੇਨਜ਼ਰ ਰੱਖਦਿਆਂ ਲੋਕਾਂ ਦੇ ਵਿੱਚ ਬੜੀ ਮਤਲਬ ਸਹਿਯੋਗ ਦੀ ਭਾਵਨਾ, ਲੋਕ ਆਪਣੇ ਆਪ ਹੀ ਹੁਣ ਵੱਡੀ ਪੱਧਰ 'ਤੇ ਸਹਿਯੋਗ ਦੇਣ ਲਈ ਤੱਤਪਰ ਆ,
ਤੇ ਅਸੀਂ ਤਾਂ ਪਰਮਾਤਮਾ ਤੋਂ ਇਹੀ ਅਰਦਾਸ ਕਰਦੇ ਹਾਂ ਵੀ ਇਹ ਜਿਹੜਾ ਕਰੋਨਾ ਵਾਇਰਸ ਇਹਦਾ ਖਾਤਮਾ ਲੋਕਾਂ ਦੇ ਸਹਿਯੋਗ ਦੇ ਨਾਲ ਛੇਤੀ ਤੋਂ ਛੇਤੀ ਹੋ ਜਾਵੇ ਤੇ ਫਿਰ ਉਸੇ ਤਰ੍ਹਾਂ ਹੀ ਜਿਹੜਾ ਜੀਵਨ ਪੱਧਰ ਆ ਆਮ ਵਰਗਾ ਜੀਵਨ ਪੱਧਰ ਛੇਤੀ ਤੋਂ ਛੇਤੀ ਹੋ ਜਾਵੇ।